ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਜੀਰਾ ਰੋਡ ਤੇ ਪਿੰਡ ਸ਼ੇਰਖਾਂ ਦੇ ਨੇੜੇ ਇੱਕ ਰਿਲਾਇੰਸ ਦੇ ਪੰਪ ਦੇ ਉੱਤੇ ਤਿੰਨ ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਪੰਪ ਤੇ ਖੜੇ ਇੱਕ ਮੁਲਾਜ਼ਮ ਦੇ ਕੋਲੋਂ ਬੈਗ ਖੋਲਿਆ ਗਿਆ ਅਤੇ ਉੱਥੋਂ ਦੀ ਫਰਾਰ ਹੋ ਗਏ। ਲੁਟੇਰਿਆਂ ਦੀ ਇਹ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਸੀ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਗਈ ਹੈ। ਪੁਲਿਸ ਨੇ ਨਕਾਬਪੋਸ਼ ਲੁਟੇਰਿਆਂ ਦੇ ਉੱਤੇ ਮਾਮਲਾ ਦਰਜ ਕਰ ਅੱਗੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਦੇ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ। ਹਾਂਜੀ, ਉਹਦੀ ਤਫਤੀਸ਼ ਜਾਰੀ ਹੈ। ਜਲਦੀ ਟਰੇਸ ਕਰ। ਉਹ ਕਾਰ 'ਤੇ ਆਇਆ ਤਾਂ ਆਉਂਦੇ ਹੀ ਨਾ, ਉਹਦੇ ਨਾਲ ਗਲ 'ਚ ਬੈਗ ਪਾਇਆ ਹੋਇਆ ਸੀਗਾ ਪਿੱਛੇ ਪਿੱਠ 'ਤੇ। ਉਹ ਗੱਡੀ ਰੋਕੀ, ਉਹਦਾ ਪਿੱਛੋਂ ਬੈਗ ਖੋਇਆ। ਭਾਜੀ ਡਿਊਟੀ 'ਤੇ ਲੈਂਸ ਪੰਪ 'ਤੇ ਡਿਊਟੀ ਕਰ ਰਿਹਾ ਸੀ। ਸ਼ਾਮੀ 7 ਵਜੇ ਆਏ ਸੀ ਉਸ ਗੱਡੀ 'ਤੇ ਵਾਈਟ ਕਲਰ ਦੀ। ਉਹਨਾਂ ਦੀ 2 ਵਾਰ ਉਤਰੇ, ਉਹਨਾਂ ਪਿਸਟਲ ਨਾਲ ਗੋਲੀ ਚਲਾ ਕੇ ਮਤਲਬ ਮੇਰੇ ਕੋਲ ਫੈਰ ਬੈਗ ਖੋਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫੈਰ ਕੀਤਾ, ਬੈਗ ਖੋ ਕੇ ਬਾਅਦ ਨਾਲ ਦੀ ਨਾਲ ਹੀ ਜਾ ਕੇ। ਕਿੰਨੇ ਪੈਸੇ ਹੈਗੇ ਸੀ ਬੈਗ 'ਚ? ਉਹਦੇ ਸਰੀ ਮਤਲਬ 10,000 ਹੈਗਾ ਸੀ ਪੈਨ ਲਵਾਉਣ। ਗੋਲੀ ਹਵਾਈ ਫੈਰ ਕੀਤਾ ਜਾਂ ਤੁਹਾਡੇ ਸਰੀ? ਉਹਨਾਂ ਪਤਾ ਹੀ ਨਹੀਂ ਲੱਗਾ ਜੀ ਮੇਰਾ ਜਿਹੜਾ ਮਤਲਬ ਉਹਦਾ ਰੋਣ 'ਚੋਂ ਨੇੜੇ ਕੋਲ ਡਿੱਗ ਪਏ। ਕਿੰਨੇ ਜਾਣੇ ਸੀਗੇ ਉਹ? 2 ਜਣੇ ਉਤਰੇ ਸੀ, ਇੱਕ ਡਰਾਈਵਰ ਬੈਠਾ ਹੋਇਆ ਸੀ, 3 ਜਣੇ ਹੀ ਬਸ। ਦੋਨਾਂ ਕੋਲ ਪਿਸਤੌਲ ਜਿਹੜੇ ਉਤਰੇ ਸੀਗੇ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਲੁੱਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।